ਅੱਜ ਕਪੂਰਥਲਾ ਦੇ ਵਿੱਚ ਅਸੀਂ ਜੀ ਆਮ ਵਰਕਰ ਆਮ ਸਾਡੀ ਭੈਣ ਜਿਹੜੀ ਆਮ ਘਰ ਤੋਂ ਜਿਹਨੇ ਬਹੁਤ ਕੰਮ ਕੀਤਾ ਪਾਰਟੀ ਜੀ ਮੇਰੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇੱਕ ਸਧਾਰਨ ਆਮ ਪਰਿਵਾਰ ਦੀ ਧੀ ਦਾ ਜਿਹੜਾ ਉਹ ਬੜਾ ਮਾਣ ਰੱਖਿਆ ਔਰ ਇੱਕ ਮੈਸੇਜ ਕਨਵੇ ਕੀਤਾ ਕਿ ਆਮ ਆਦਮੀ ਪਾਰਟੀ ਹੀ ਇੱਦਾਂ ਦੀ ਪਾਰਟੀ ਆ ਜਿੱਥੇ ਗਰੀਬਾਂ ਦੇ ਧੀਆਂ ਪੁੱਤ ਜਿਹੜੇ ਉਹ ਚੇਅਰਮੈਨ ਵੀ ਬਣ ਸਕਦੇ ਆ MLA ਵੀ ਬਣ ਸਕਦੇ ਆ ਵਜ਼ੀਰ ਵੀ ਬਣ ਸਕਦੇ ਆ ਅਸੀਂ ਸਾਰੇ ਲੋਕ ਆਮ ਘਰਾਂ ਦੇ ਕੋਈ 5 ਕਿੱਲੇ ਵਾਲਾ ਕੋਈ 2 ਕਿੱਲੇ ਵਾਲਾ ਕੋਈ 1 ਕਿੱਲੇ ਵਾਲਾ ਸੋ ਇਹ ਜਿਹੜਾ ਮੈਸੇਜ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਾਰਟੀ ਦੇ ਆਮ ਵਰਕਰਾਂ ਨੂੰ ਅਹੁਦੇ ਜਿਹੜੇ ਮਿਲ ਗਏ ਜਿਹੜਾ ਵੀ ਬੰਦਾ ਇਹ ਪਾਰਟੀ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੂ ਉਹਨੂੰ ਅਹੁਦੇ ਵੀ ਮਿਲਣੇ ਆ ਮਾਨ ਸਨਮਾਨ ਵੀ ਮਿਲਣਾ ਸਰਕਾਰੀ ਦਰਬਾਰੇ ਵੀ ਮਿਲਣਾ ਅਹੁਦਾ ਵੀ ਮਿਲਣਾ ਸੋ ਮੇਰਾ ਬਹੁਤ ਮਨ ਖੁਸ਼ ਹੋਇਆ ਕਿ ਮੇਰੇ ਕੌਮੀ ਕਨਵੀਨਰ ਅਤੇ ਮੇਰੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਸਹੀ ਚੋਣ ਕੀਤੀ ਸਾਡੀ ਭੈਣ ਜਿਹੜੀ ਆਹ ਦੇਖੋ ਇੱਥੇ ਲੱਗ ਗਿਆ ਲਲਿਤ ਸਕਲਾਨੀ ਇਹ ਦੇਖੋ ਆਮ ਘਰ ਦੀ ਸਾਡੀ ਭੈਣ ਸੀਗੀ ਉਹ ਦੇਖੋ ਉਹਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਮੈਂ CM ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਤੇ ਕਰ ਰਹੀ ਹੈ ਕਿਤੇ ਨਹੀਂ ਜੀ ਮੈਂ ਸਾਹਨੇਵਾਲ ਤੋਂ ਆਇਆ ਹੁਣੇ ਉੱਥੇ ਮਤਲਬ ਮੈਨੂੰ ਕਿਸੇ ਨੇ ਰਸਤੇ 'ਚ ਕਾਲ ਕਰਕੇ ਪੁੱਛਿਆ ਵੀ ਕੋਈ ਗੱਲ ਮੈਂ ਕਿਹਾ ਜੀ ਮੇਰੇ ਨਾਲ ਕਦੀ ਵੀ ਨਹੀਂ ਗੱਲ ਹੋਈ ਮੈਂ ਤਾਂ ਗਰਾਊਂਡ ਜ਼ੀਰੋ ਵਾਲਾ ਬੰਦਾ ਸੀ ਮੈਂ ਉੱਥੇ ਇੰਡਸਟਰੀ ਵਾਲਿਆਂ ਦੇ ਗਿਆ ਸੀ ਜਿਹੜੇ ਐਗਰੀਕਲਚਰ ਇੰਡਸਟਰੀ ਬਣਾਉਂਦੇ ਸਾਹਨੇਵਾਲ GT ਰੋਡ 'ਤੇ ਸੀਗਾ ਉੱਥੋਂ ਹੋ ਕੇ ਸਿੱਧਾ ਇੱਥੇ ਆ ਗਿਆ ਉਹ ਪਤਾ ਨਹੀਂ ਕਿਸੇ ਨੇ ਕੋਈ ਜਰਨਲਿਸਟ ਦੇ ਕਿਸੇ ਨੇ ਕੋਈ ਕਿਤੇ ਪਾਬੂ ਦਿੱਤੀ ਇੱਦਾਂ ਦੀ ਕਦੀ ਵੀ ਨਾ ਕਦੀ ਇੱਦਾਂ ਦੀ ਗੱਲ ਹੋਈ ਅੱਜ ਤੱਕ ਨਾ ਕਦੀ ਹੋਊਗੀ ਸਰਕਾਰ ਨੇ ਐਲਾਨ ਕਰਤਾ ਜੀਰਾ ਫੈਕਟਰੀ ਬੰਦ ਲੇਕਿਨ ਧਰਨਾ ਕੀ ਕਮਿਊਨੀਕੇਸ਼ਨ ਲੈਵਲ ਨਹੀਂ ਬਣ ਪਾ ਰਿਹਾ ਕਿਸਾਨਾਂ ਨਾਲ ਨਹੀਂ ਧਰਨਾ ਜਿਹੜਾ ਦੇਖੋ ਮੈਂ 17 ਦਸੰਬਰ ਨੂੰ ਗਿਆ ਸੀ ਧਰਨੇ 'ਤੇ ਮੈਨੂੰ ਮਾਨ ਸਾਹਿਬ ਨੇ ਭੇਜਿਆ ਸੀ ਜੀ ਔਰ ਮੈਂ ਉੱਦਣ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਉਹ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਧਾਰਨ ਘਰ ਦਾ ਬੇਟਾ ਧਰਤੀ ਪੁੱਤਰ ਆ ਪੰਜਾਬੀਆਂ ਦੀ ਜਿੰਦ ਜਾਨ ਹੈ ਪੰਜਾਬੀ ਆ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਹਵਾ ਪਾਣੀ ਅਤੇ ਧਰਤ ਨੂੰ ਬਚਾਉਣ ਲਈ ਸਿਰਫ ਇੱਕੋ ਇੱਕ ਬੰਦਾ ਜਿਹਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਐਡਾ ਵੱਡਾ ਸਟੈਂਡ ਲਿਆ ਸਰਦਾਰ ਪ੍ਰਤਾਪ ਭਗਵੰਤ ਸਿੰਘ ਮਾਨ ਜੀ ਨੇ Subscribe to our YouTube channel News DNN by clicking the bell icon. Don't forget to like, comment and share.